ਅੱਜ ਕੱਲ ਪੀਰ ਸਾਹਿਬ ਆ ਵਜੋ ਜਨਾਬ, ਅਸੀਂ ਵੀ ਪੀਰ ਹੋ ਲਾਹੌਰ ਤੇ ਗੱਦੀ ਤੇ ਬੈਠੇ ਹੋਵਾਂ ਤੇ ਫਿਰ ਹੋਏ ਹੋਏ ਬੜਾ ਮੁਸ਼ਕਿਲ, ਫਿਰ ਅਸਾਂ ਨਾਲ ਵੀ ਹੱਥ ਮਿਲਾਉਣਾ ਤੇ ਬੜਾ ਦਿਨ। ਮੈਂ ਤਾਂ ਫਿਰ ਮੌਲਵੀਆਂ ਸ਼ੋਲਵੀਆਂ ਨੇ ਬੜੀ ਇੱਜ਼ਤ ਕਰਨਾ, ਜਿਹੜੇ ਬੰਦੇ ਹੋਣ ਸਹੀ, ਲੋਕਾਂ ਨਾਲ ਖਿਆਲ ਵੀ ਕਰਨਾ ਤੇ ਆਕੜ ਖਾਨਾ ਨਾਲ ਤਾਂ ਸਹੀ ਟੈਟ ਆਕੜਾ ਹੁਣ ਇਹ ਵੀ ਢਿੱਲਾ ਹੋਣਾ ਪਿਆ ਆਖਣਾ। ਮੈਂ ਖੈਰ ਛੋੜਨਾ ਤੇ ਮੈਂ ਵੀ ਨਾ, ਮੌਲਵੀ ਮਾੜਾ ਜਿਹਾ ਮੈਕ ਨਹੀਂ ਛੋੜਨਾ, ਮੈਂ ਤਾਂ ਚੰਗਾ ਭਲਾ ਮੌਲਵੀ ਹਾਂ। ਹੈਂਜੀ ਤੇ ਕੀ ਮੈਂ ਆਖਿਆ, ਪੀਰ ਸਾਹਿਬ ਆਖਦੇ ਭਾਈ ਹੁਣ ਅਸੀਂ ਇਹਨਾਂ ਦੀਆਂ ਆਜਤਾਂ ਤੇ ਅਸੀਂ ਭੇਜਣੇ ਵਾਲੇ, ਇਹਨਾਂ ਨੇ ਤਾਂ ਕੋਈ ਵਿਚਾਰੇ ਨਹੀਂ ਸੁਣਨਾ ਨਹੀਂ, ਕਿਉਂਕਿ ਉਜੀਬ ਦਾ ਵਤਦ ਦਾ ਇਜ਼ਾਦਾਨ ਇਹਨੇ ਕਾਇਲ ਹੀ ਨਹੀਂ ਹੋਣੇ, ਆਹ ਨਹੀਂ ਅਸੀਂ ਪਹੁੰਚਾਉਣੇ ਵਾਲੇ ਹਾਂ, ਇਹ ਫੋਨਾਂ ਰਸੀਵ ਉੱਤੇ ਅਸੀਂ ਕਰਾਉਂਦੇ ਹਾਂ ਬੰਦੇ ਆਦੇ, ਹਾਲਾਂਕਿ ਉਹ ਵਿਚਾਰੇ ਨੇਕ ਸਮਝ ਕੇ ਚੱਲੇ ਵੇ ਨੇ, ਤੁਸੀਂ ਕਰ ਛੋੜੋ। ਸਾਬਤ ਕੀ ਹੋਈ ਕਿ ਇਮਾਮ ਸੈਯਦ ਸਾਜਦੀਨ ਇਮਾਮ ਜ਼ੈਨੁਲ ਆਬਦੀਨ ਅਹਲ ਬੈਤ ਦੇ ਦੁਸ਼ਮਣਾਂ, ਅਹਲ ਬੈਤ ਕੀ ਸ਼ਾਨ ਕੇ ਖਿਲਾਫ ਦਵਾਨੇ ਦਰਾਜ਼ ਖੋਲਨੇ ਵਾਲੋ ਹੋਸ਼ ਕਰੋ, ਤੂੰ ਸਹਿ ਜਾਂਦਾ ਖਾਲੀ ਗੱਲਾਂ ਟਰ ਟਰ ਕਰਦਾ ਸਪੀਕਰਾਂ ਤੇ ਆ ਕੇ ਗੱਲਾਂ ਕਰਦਾ, ਤੇ ਜ਼ੈਨੁਲ ਆਬਦੀਨ ਦੀ ਗੱਲ ਮੈਂ ਦੱਸਾਂ, ਗੁਸਲ ਦੇਣੇ ਦੇ ਵਕਤ ਮੈਯਤ ਰੱਖੀ ਗਈ ਤੇ ਪੂਰੀ ਕੰਢ ਉੱਤੇ 200 ਤੋਂ ਉੱਤੇ ਨਿਸ਼ਾਨ ਸਨ ਬੋਰੀਆਂ ਦੇ, ਬੋਰੀਆਂ ਦੇ ਰਾਤੀ ਚੁੱਕ ਕੇ ਮਦੀਨੇ ਦੇ ਗਰੀਬ ਘਰਾਂ ਵਿੱਚ ਜਿਹੜੇ ਖੁਦ ਇਮਾਮ ਜ਼ੈਨੁਲ ਆਬਦੀਨ ਚੁੱਕ ਕੇ ਬੋਰੀਆਂ ਖੜਦੇ ਸਨ। ਅਲ ਵਿਦਾਇਆ ਵਨ ਨਿਹਾਇਆ ਵਫਿਆਤੁਲ ਆਯਾਮ ਤਬਰੀ ਉਠਾ ਕੇ ਵੇਖੋ ਨਿਸ਼ਾਨ ਤੇ ਪਤਾ ਨਹੀਂ ਲੱਗਿਆ ਅਗਲੇ ਦਿਨ ਲੋਕਾਂ ਕਈਆਂ ਇਤਨੇ ਦਿਨ ਭਾਈ ਕੀ ਹੋਇਆ, ਇਹ ਬੰਦਾ ਕੌਣ ਆਉਂਦਾ ਸੱਟ ਜਾਂਦਾ ਛੁਪ ਕੇ ਦਿੰਦਾ। ਜ਼ੈਨੁਲ ਆਬਦੀਨ ਨੂੰ ਪਤਾ ਆ ਇਹ ਉਤਲਿਆਂ ਦੀ ਰੀਤ ਏ, ਜਿਹੜੇ ਉੱਤੇ ਹੁੰਦੇ ਨੇ ਉੱਚੇ ਮੁਕਾਮ ਤੇ ਹੁੰਦੇ ਨੇ ਉਹ ਛੁਪ ਦੇਣ ਤੇ ਦਿੰਦੇ ਦੱਸ ਕੇ ਦੇਣਾ, ਇਹ ਸਖੀਆਂ ਦਾ ਕੰਮ ਨਹੀਂ। ਦੂਏ ਦਿਨ ਜਿਸ ਵੇਲੇ ਗਰੀਬ ਲੋਕ ਉਹਨਾਂ ਦਾ ਰਿਜ਼ਕ ਪਾਣੀ ਖਤਮ ਹੋਇਆ ਨਾ ਆਟਾ, ਤੇ ਸੁਬਾ ਉੱਠੇ ਤੇ ਕੋਈ ਆਟਾ ਪਾਣੀ ਕੋਈ ਨਹੀਂ, ਅੱਗੇ ਤਾਂ ਬੋਰੀ ਪਈ ਹੁੰਦੀ ਸੀ ਨਾ ਸੁਬਾ ਦਰਵਾਜ਼ੇ ਤੇ ਸਟਣ ਵਾਲਾ ਬੰਦਾ ਨਹੀਂ ਸੀ, ਝੋਲੀਆਂ ਸਭ ਕੀ ਭਰਤੀ ਜਾਤੀ ਹੈ ਦੇਣੇ ਵਾਲਾ ਨਜ਼ਰ ਨਹੀਂ ਆਤਾ, ਤੇ ਜਿਸ ਲਈ ਉੱਠੇ ਨਾ ਹਰ ਬੰਦਾ 100 ਆਦਮੀ ਜੀ ਲਿਖੇ ਨੇ 100 ਆਦਮੀ ਜਿਸ ਦੀ ਕਫਾਲਤ ਹੀ ਕਰਦੇ ਸੀ, ਜਿਸ ਵੇਲੇ ਉੱਠੇ ਨਾ ਦੂਏ ਤੀਏ ਦਿਨ ਕਿਸੇ ਦਾ ਦੂਏ ਦਿਨ ਆਟਾ ਖਤਮ ਹੋ ਗਿਆ, ਤੱਕੇ ਬਾਹਰ ਆਣ ਕੇ ਹਸਬੇ ਆਦਤ ਪਈ ਬੋਰੀ ਤੇ ਨਹੀਂ ਪਈ ਕੋਈ ਨਾ, ਆਸਤੇ ਆਸਤੇ ਲੋਕਾਂ ਪਤਾ ਲੱਗ ਗਿਆ ਯਾਰ ਇਹ ਹੁਸੈਨ ਦਾ ਸਬਦਾ ਦਾ, ਇਹ ਅਲੀ ਤੇ ਨਹੀਂ, ਇਹ ਜਦੋਂ ਤੂੰ ਇਹ ਬੰਦਾ ਦੁਨੀਆਂ ਤੋਂ ਇਸ ਪਰਦਾ ਕੀਤਾ ਸਾਡਾ ਰਿਜ਼ਕ ਆਉਣਾ ਬੰਦ ਹੋ ਗਿਆ, ਇਹ ਹੀ ਬੰਦਾ ਸੀ ਜਿਹੜਾ ਸਾਡੇ ਬੋਰੀਆਂ ਸੱਟ ਕੇ ਜਾਂਦਾ ਸੀ, ਇਹ ਉਹ ਜ਼ੈਨੁਲ ਆਬਦੀਨ ਹੈ ਜੀ। ਜ਼ੈਨੁਲ ਆਬਦੀਨ ਉਸ ਦੌਰ ਵਿੱਚ ਵੀ ਮੁਨਾਫਿਕ ਸਨ, ਇੱਕ ਬੰਦਾ ਬੜੀ ਖਿਦਮਤ ਕਰਕੇ ਆਇਆ, ਬੜੀ ਖਿਦਮਤ ਕਰਦਾ ਸੀ, ਕਰਬਲਾ ਤੋਂ ਲੁੱਟ ਕੇ ਆਏ ਨਾ ਤੇ ਪੂਰਾ ਸਾਲ ਤਬਸਮ ਨਾ ਫਰਮਾਇਆ, ਮੁਸਕਰਾਏ ਨਹੀਂ। ਇੱਕ ਬੰਦੇ ਨੇ ਕਿਹਾ ਇਬਨੇ ਰਸੂਲ ਤਰਸ ਗਈਆਂ ਨੇ ਸਾਡੀਆਂ ਅੱਖੀਆਂ ਮਦੀਨੇ ਵਾਲੀਆਂ ਦੀਆਂ, ਚੁੱਪ ਕਰਕੇ ਫਿਰਦਾ ਰਹਿੰਦਾ। ਚੁੱਪ ਕਰਕੇ ਫਿਰਦਾ ਰਹਿੰਦਾ ਤੇਰੇ ਹੋਠਾਂ ਤੇ ਕਦੇ ਤਬਸਮ ਨਹੀਂ ਆਇਆ। ਫਰਮਾਇਆ ਪੁੱਛਣੇ ਵਾਲਿਆ ਯਾਕੂਬ ਦਾ ਇੱਕ ਪੁੱਤਰ ਸੀ, ਉਹਨੂੰ ਇਹ ਯਕੀਨ ਨਹੀਂ ਸੀ ਕਿ ਉਹ ਮਰ ਗਿਆ, ਸ਼ੱਕ ਵਿੱਚ ਰੋਂਦਾ ਰਿਹਾ ਤੇ ਅੱਖੀਆਂ ਜ਼ਾਇਆ ਕਰ ਬੈਠਾ, ਨਾਬੀਨਾ ਹੋ ਗਿਆ ਸ਼ੱਕ ਵਿੱਚ
और मैं तो 18 बंदे अपनी अखियां दे सामने कतल होने दे वेखे। फिर मैं पूछदा है कि तू हसदा क्यों नहीं है, तू दस ऐसे बंदे को तो सवाल करना तेरा जायज है। का सहारा